ਸ਼ੁਰੂ ਹੋ ਜਾਂਦਾ ਹੈ ਅਤੇ ਇਹਦੇ ਉੱਤੇ ਇਹ ਤਾਪਾ ਵਿੱਚ ਆ ਜਾਂਦਾ। ਫਿਰ ਜਦੋਂ ਅਸੀਂ ਇੱਥੇ ਆ ਜਾਂਦੇ, ਸਾਡੀ ਸਿਚੁਏਸ਼ਨ, ਸਾਡੀ ਸਥਿਤੀ ਇੱਥੇ ਆ ਜਾਂਦੀ ਨਾ, ਇਹ ਤਾਪਾਂ ਵਿੱਚ ਆ ਜਾਂਦੇ। ਤਿੰਨ ਤਾਪ ਹੁੰਦੇ ਆ ਨਾ ਸਾਡੇ, ਇੱਕ ਜਿੱਦਾਂ ਅੰਦਰੋਂ ਜਿਹੜੇ ਨਿਕਲਦੇ ਆ ਬਿਮਾਰੀਆਂ ਜਿੱਦਾਂ ਕਹਿੰਦੇ ਆ, ਇੱਕ ਹੁੰਦੇ ਜਿੱਦਾਂ ਸੋਚਾਂ ਦੇ ਤਾਪ ਹੁੰਦੇ, ਇੱਕ ਫੀਅਰ ਦਾ ਤਾਪ ਹੁੰਦਾ ਨਾ। ਇਹ ਹਾਂਜੀ ਤਾਪ ਹਾਂਜੀ ਚੱਲਦੇ ਆ ਨਾ, ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਚੱਲ ਰਹੇ ਆ, ਪਰ ਇਹ ਵੀ ਉਹ ਹੀ ਹਟਾਉਂਦਾ ਜਿੱਦਾਂ ਪਾਤਸ਼ਾਹ ਕਹਿੰਦੇ ਆ, ਤਿੰਨੋਂ ਤਾਪ ਉਤਾਰਨ ਹਾਰਾ ਦੁੱਖ ਹੰਤਾ ਸੁੱਖ ਰਾਸ। ਉਹ ਜਿਹੜਾ ਤਿੰਨੇ ਤਾਪ ਨਾ ਉਹਨੇ ਹੀ ਕੱਟਣੇ ਆ, ਤੋ ਦੁੱਖਾਂ ਨੂੰ ਸਾਡਿਆਂ ਨੂੰ ਚੱਕ ਲੈਂਦਾ ਆ ਤੇ ਸਾਨੂੰ ਸੁੱਖ ਦੇਣਾ ਸ਼ੁਰੂ ਕਰ ਦਿੰਦਾ ਨਾ। ਤਿੰਨੋਂ ਤਾਪ ਉਤਾਰਨ ਹਾਰਾ ਦੁੱਖ ਹੰਤਾ ਸੁੱਖ ਰਾਸ ਹੈ ਨਾ। ਜਦੋਂ ਤੁਸੀਂ ਇਹ ਸ਼ਬਦ ਜਦੋਂ ਪੜ੍ਹਦੇ ਆ ਨਾ, ਤੇ ਤੁਸੀਂ ਆਪਣੇ ਆਪ ਫੀਲ ਕਰੋਗੇ ਕਿ ਹਾਂ, ਜਿਹੜੀ ਇਹ ਗੱਲ ਕਹੀ ਆ ਨਾ, ਅਸਲ ਵਿੱਚ ਜਿਹੜੀ ਗੁਰਬਾਣੀ ਹੈ ਨਾ, ਅਸੀਂ ਵੀ ਠੇਕ ਗ੍ਰਾਂਟਿਡ ਹੈ ਨਾ, ਪਰ ਇਹਦੇ ਵਿੱਚ ਸਾਨੂੰ ਇੰਨਾ ਕੁਛ ਦੱਸਿਆ ਗਿਆ, ਇੰਨਾ ਗਿਆਨ ਹੈ ਇਹਦੇ ਵਿੱਚ ਨਾ, ਇਸ ਲਈ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਆਪ ਪੜ੍ਹੋ। ਜਦੋਂ ਆਪ ਪੜ੍ਹੋਗੇ ਨਾ, ਤੁਹਾਨੂੰ ਬੜਾ ਕੁਛ ਸਮਝ ਲੱਗਣਾ, ਨਾ ਕਿ ਕਿਸੇ ਤੋਂ ਸੁਣੋ। ਜੋ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਹੁੰਦਾ, ਆਈ ਗੁਰਬਾਣੀ ਐਪ ਆ ਅਤੇ ਸਿੱਖੀ ਟੂ ਦ ਮੈਕਸ ਹੈ ਨਾ, ਦੋਨੇ ਤੁਸੀਂ ਕਰੋ ਤੇ ਉਹ ਆਪ ਪੜ੍ਹਨਾ ਸਟਾਰਟ ਕਰੋ। ਜਿਹੜੀ ਗੱਲ ਨਹੀਂ ਸਮਝ ਲੱਗਦੀ ਉਹਦੇ ਵਿੱਚ ਲਿਖੋ, ਭਰੋ, ਉਹ ਦੇਖੋ ਕਿੱਦਾਂ ਲਿਖੀ ਹੋਈ ਆ, ਉਹਨੂੰ ਸਮਝਣ ਦੀ ਟਰਾਈ ਕਰੋ। ਅਤੇ ਉਹਦਾ ਇਕੱਲਾ ਇਕੱਲਾ ਵਰਡ ਜਿਹੜਾ ਨਾ, ਇੱਦਾਂ ਨਹੀਂ ਕਹਿਣਾ ਠੀਕ ਹੈ ਇੱਕ ਵਾਰੀ ਮੈਂ ਪੜ੍ਹ ਲਿਆ ਅਤੇ ਬਸ ਹੋ ਗਿਆ, ਨਹੀਂ। ਜਿੰਨੀ ਵਾਰ ਵੀ ਤੁਸੀਂ ਪੜ੍ਹੋਗੇ ਉਹਨੇ ਤੁਹਾਨੂੰ ਇੱਕ ਅਲੱਗ ਮੀਨਿੰਗ ਦੇਣਾ ਹੈ, ਠੀਕ ਹੈ। ਅਤੇ ਜੇ ਇਫ ਯੂ ਆਰ ਸਪਿਰਚੁਅਲ ਹੈ ਨਾ, ਜੇ ਤੁਸੀਂ ਸਿਰਫ ਧਰਮ ਵਿੱਚ ਫਸੇ ਹੋਇਆ, ਫਿਰ ਨਹੀਂ ਦੇਣਾ, ਫਿਰ ਤੁਹਾਨੂੰ ਉਹਨਾਂ ਨੇ ਜੋ ਤੁਸੀਂ ਸਮਝਣਾ ਚਾਹੁੰਦੇ ਫਿਰ ਤੁਸੀਂ ਉਹੀ ਸਮਝਣਾ। ਜੋ ਤੁਸੀਂ ਸਪਿਰਚੁਅਲ ਹੋ ਜਾਂਦੇ ਹੋ ਨਾ, ਫਿਰ ਤੁਹਾਨੂੰ ਉਹਨਾਂ ਨੇ ਅਲੱਗ 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 ਮੀਨਿੰਗ ਦੇਣੇ ਸ਼ੁਰੂ ਕਰ ਦੇਣੇ। ਜਿੱਦਾਂ ਜਿੱਦਾਂ ਫਿਰ ਤੁਹਾਨੂੰ ਮੀਨਿੰਗ ਆਉਂਦੇ ਉਹਨੂੰ ਧਾਰਦੇ ਜਾਓ, ਉਹਨੂੰ ਡਾਇਰੀ ਵਿੱਚ ਲਿਖਦੇ ਰਹੋ ਜਾਓ। ਜਿੱਦਾਂ ਹੁਣ ਮੇਰੀ ਆਹ ਡਾਇਰੀ ਹੈ ਨਾ, ਕਈ ਚੀਜ਼ਾਂ ਹਾਂਜੀ ਮੈਂ ਹਾਂਜੀ ਰਹਿੰਦਾ ਨਾ, ਮੇਰੇ ਤੋਂ ਇਹ ਕਾਫੀ ਡਾਇਰੀਆਂ ਭਰੀਆਂ ਹੋਈਆਂ, ਜਦੋਂ ਮੈਂ ਪਹਿਲਾਂ ਵੀ ਜਦੋਂ ਮੈਨੂੰ ਐਕਸਪੀਰੀਅੰਸ ਹੁੰਦੇ ਸੀ ਨਾ, ਉਦੋਂ ਮੈਂ ਲਿਖਦਾ ਰਹਿੰਦਾ ਹੁੰਦਾ ਸੀ, ਲਿਖੀ ਜਾਣੇ ਲਿਖੀ ਜਾਣੇ ਲਿਖੀ ਜਾਣੇ ਨਾ। ਬਾਅਦ ਵਿੱਚ ਮੈਂ ਪੜ੍ਹਨਾ, ਜਦੋਂ ਉਹ ਡਿਫਰੈਂਟ ਡਿਫਰੈਂਟ ਮੀਨਿੰਗ ਜਿੱਦਾਂ ਨਿਕਲਣੇ, ਇੱਦਾਂ ਤੁਸੀਂ ਇੱਕ ਬੁੱਕ ਲਾਓ ਅਤੇ ਤੁਸੀਂ ਲਿਖਿਆ ਕਰੋ ਇਹਨਾਂ ਚੀਜ਼ਾਂ ਨੂੰ, ਅਤੇ ਤੁਸੀਂ ਦੇਖੋਗੇ ਬਹੁਤ ਚੀਜ਼ਾਂ ਫਿਰ ਤੁਹਾਡੇ ਕਲੀਅਰ ਹੋਣੇ ਸ਼ੁਰੂ ਹੋਣਗੀਆਂ। ਠੀਕ ਹੈ ਜੀ, ਹਾਂਜੀ ਲਾਸਟ ਹੀ ਆ ਬਸ, ਫਿਰ ਤੁਸੀਂ ਹੋਰ ਕਿਸੇ ਨੂੰ ਲੈ ਲਿਓ। ਤੇ ਮੈਂ ਨਾ ਜਦੋਂ ਪਾਠ ਵੀ ਕਰਦਾ ਹੁੰਦਾ ਨਾ, ਮਤਲਬ ਜਿੰਨਾ ਕੁ ਹੁੰਦਾ ਆ, ਤੇ ਮੈਂ ਨਾ ਜੀ